ਪਿੰਡ ਨੇੜਲੇ ਪਿੰਡ ਢਿਲਵਾਂ ਦੀ ਲੜਕੀ ਮਨਿੰਦਰ ਕੌਰ ਦੀ ਸੋਹਰਾ ਪਿੰਡ ਹਸਪਾਲ ਕਲਾਂ ਵਿੱਚ ਹੋਈ ਮੌਤ ਨੂੰ ਲੈ ਕੇ ਲੜਕੀ ਦੇ ਪਰਿਵਾਰ ਨੇ ਸ਼ੱਕ ਜ਼ਾਹਿਰ ਕੀਤਾ ਹੈ। ਮਨਿੰਦਰ ਕੌਰ ਦੇ ਭਰਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਭੈਣ ਦਾ ਪਤੀ ਤੇ ਸੋਹਰਾ ਪਰਿਵਾਰ ਉਸ ਨੂੰ ਲਗਾਤਾਰ ਤੰਗ ਕਰਦਾ ਸੀ। ਵਿਆਹ ਦੇ 12 ਸਾਲ ਦੌਰਾਨ ਉਸ ਨੇ 3 ਲੜਕੀਆਂ ਨੂੰ ਜਨਮ ਦਿੱਤਾ, ਜਿਸ ਕਰਕੇ ਸੋਹਰਾ ਪਰਿਵਾਰ ਉਸ ਨੂੰ ਤਾਨੇ ਮਿਹਣੇ ਕੁੱਟਮਾਰ ਕਰਦਾ ਸੀ। ਸੰਜੇ ਜੀ, ਮੈਂ ਲੜਕੀ ਦਾ ਬ੍ਰਦਰ ਹਾਂ। ਇਹ ਬੜੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਮੇਰੀ ਸਿਸਟਰ ਦੇ 3 ਬੱਚੀਆਂ ਨੇ ਅਤੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਨੂੰ ਤੰਗ ਕੀਤਾ ਕਿ ਤੂੰ ਪਗ ਲੁੱਕ ਸਾਡੇ ਪਿੰਡ ਘਰ ਆ ਗਈ, ਤੂੰ ਬੇਭਾਗੀ ਆ। ਇਹਦੇ ਕਰਕੇ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ, ਕੁੱਟਮਾਰ ਕਰਦੇ ਰਹਿੰਦੇ ਸੀ। ਘਰ ਵਾਲਿਆਂ ਦੇ ਸ਼ਰਾਬ ਸਰੂਪ ਪੀਂਦਾ ਸੀ ਜੀ। ਇਹਨਾਂ ਨੇ ਗੱਲ 'ਤੇ ਸੋਟੀ ਰੱਖ ਕੇ ਕੁੜੀ ਨੂੰ ਮਾਰਿਆ ਜੀ। ਉਹਦੇ ਬਾਅਦ ਕਿੰਨੇ ਸਾਲ ਹੋਏ ਸੀ ਵਿਆਹ ਨੂੰ? ਵਿਆਹ ਨੂੰ 12 ਸਾਲ ਹੋ ਗਏ ਜੀ। 3 ਬੱਚਿਆਂ ਨੇ, ਇੱਕ ਲਗਭਗ 10 ਸਾਲ ਦੀ ਹੈ, ਇੱਕ 8 ਸਾਲ ਦੀ, ਇੱਕ 5 ਸਾਲ ਦੀ ਹੈ। ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ? ਹਾਂਜੀ, ਤੰਗ ਪਰੇਸ਼ਾਨ ਕਰਦਾ। ਪਹਿਲਾਂ 1-2 ਵਾਰ ਅਸੀਂ ਮਤਲਬ ਪਰਿਵਾਰਕ ਮੈਂਬਰ ਜਾ ਕੇ ਜੀ ਸਮਝਾ ਕੇ ਵੀ ਆਇਆ, ਪਰ ਆਇਆ ਨਹੀਂ। ਪੁਲਿਸ ਨੂੰ ਹੁਣ ਤੁਹਾਨੂੰ ਕੀ ਸੂਚਨਾ ਮਿਲੀ ਜਦੋਂ ਡੈਥ ਦੀ? ਡੈਥ ਦੀ ਸਾਨੂੰ ਪਹਿਲਾਂ ਤਾਂ ਜੀ ਇਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਇਨਫੋਰਮ ਕੀਤਾ ਨਹੀਂ ਸਾਨੂੰ। ਗੁਆਂਢੀਆਂ ਨੇ ਇਹਨਾਂ ਦਿਆਂ ਨੇ ਵੀ ਫੋਨ ਕਰਕੇ ਦੱਸਿਆ ਵੀ ਭਾਈ ਕੁੜੀ ਨੂੰ ਨਮਾ ਚੁੱਕੇ ਆ, ਇਹ ਸੰਸਕਾਰ 'ਤੇ ਲੈ ਕੇ ਜਾ ਰਿਹਾ ਜੀ, ਇਹ ਤੋਂ ਪਹਿਲਾਂ ਆ ਸਕਦਾ ਤੁਸੀਂ ਆ। ਕੋਈ ਬੱਚਿਆਂ ਨੂੰ ਵੀ ਲੁਕਾਇਆ ਗਿਆ? ਹਾਂਜੀ ਹਾਂ, ਇਹਨਾਂ ਨੇ ਮਤਲਬ ਲਾਸ ਦੇ ਸਾਹਮਣੇ ਕੋਈ ਬੱਚਾ ਜਦੋਂ ਅਸੀਂ ਆਏ ਹਾਂ ਕੋਈ ਬੱਚਾ ਨਹੀਂ ਆਪਣਾ ਪੇਸ਼ ਕੀਤਾ ਗਿਆ, 3 ਬੱਚੇ ਲੁਕੋਏ ਗਏ। ਪੁਲਿਸ ਨੇ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਹੈ? ਪੁਲਿਸ ਨੇ ਇਹਨਾਂ 'ਤੇ ਵਿਸ਼ਵਾਸ ਦਵਾਇਆ ਤੁਹਾਨੂੰ? ਮੈਂ 306 ਦਾ ਪਰਚਾ ਦਰਜ ਕੀਤਾ ਜੀ। ਕਹਿੰਦੇ ਨੇ ਵੀ ਜੇ ਜਿਹੜੀ ਮੈਡੀਕਲ ਰਿਪੋਰਟ ਤੋਂ ਬਾਅਦ ਰਿਪੋਰਟ ਆਊਗੀ ਉਹਦੇ ਵਿੱਚ ਦੇ ਮੁਤਾਬਕ ਫਿਰ ਉਹ ਕਾਰਵਾਈ ਕਰਨਗੇ। ਤੁਹਾਨੂੰ ਸੰਦੇਸ਼ ਤੁਹਾਨੂੰ ਜਿਵੇਂ ਦੱਸਿਆ ਗਿਆ ਘਰੇਗੀ ਕਿ ਨਵਾਉਣ ਵਾਸਤੇ ਲੈ ਕੇ ਜਾ ਰਹੇ ਸੀ, ਤੁਹਾਨੂੰ ਕਿਵੇਂ ਪਤਾ ਲੱਗੇ ਮਾਰਿਆ ਕਿ ਆਤਮ ਹੱਤਿਆ? ਪਹਿਲਾਂ ਕੀ ਦੱਸਿਆ ਤੁਹਾਨੂੰ? ਪਹਿਲਾਂ ਤਾਂ ਦੱਸਿਆ ਗਿਆ ਜੀ ਬਸ ਐਕਸਪਾਇਰ ਹੋ ਗਏ ਨੇ ਉਹ, ਐਂ ਨਹੀਂ ਦੱਸਿਆ ਕਿ ਐਕੂਰੇਟ ਵੀ ਕੀ ਸਾਨੂੰ ਇਹ ਮਤਲਬ ਉਹ ਇਹ ਕਲੀਅਰ ਹੀ ਨਹੀਂ ਹੋ ਰਿਹਾ ਹੈ ਨਾ ਵੀ ਜਾਂ ਮਾਰੀ ਇਹ ਹੋਆ, ਪਰ ਗਲੀ ਲੜਕੀ ਦੇ ਗਲੇ ਦੇ ਉਹ ਦੇਖਣ 'ਤੇ ਨਿਸ਼ਾਨ ਦੇਖਣ 'ਤੇ ਸਾਫ ਜ਼ਾਹਿਰ ਹੁੰਦਾ ਜੀ ਉਹਨਾਂ ਦੇ ਮਤਲਬ ਛੋਟੀ ਰੱਖ ਕੇ ਗਲਾ ਘੁੱਟਿਆ ਜੀ। ਦੂਜੇ ਪਾਸੇ ਥਾਣਾ ਧਨੌਲਾ ਦੇ SHO ਹਾਕਮ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਨੇ ਹੈਂਗ ਕਰਕੇ ਸੁਸਾਈਡ ਕਰ ਲਿਆ, ਉਹਦੇ ਫਾਦਰ ਦੇ ਬਿਆਨ 'ਤੇ ਪਰਚਾ ਦਰਜ ਕੀਤਾ ਵੀ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਹਨੇ ਹੈਂਗ ਹੋ ਕੇ ਕਰ ਲਿਆ, ਅਤੇ FIR ਨੰਬਰ 25306 ਦਾ ਕੱਲ੍ਹ ਅਸੀਂ ਕੇਸ ਰਜਿਸਟਰ ਕਰਤਾ, ਜਿਹੜਾ ਉਹਦਾ ਘਰ ਵਾਲਾ ਗੁਰਜੰਟ ਸਿੰਘ ਇਹਦੀ ਏਜੰਟ ਆ ਉਹਨੂੰ ਅਸੀਂ ਅਰੈਸਟ ਕਰ ਲਿਆ, ਅਤੇ ਅੱਜ ਉਹਦਾ ਪੋਸਟਮਾਰਟਮ ਕਰਾ ਕੇ ਅਤੇ ਉਹਨਾਂ ਦੇ ਵਾਰਸਾਂ ਦੇ ਡੈਡ ਬੋਡੀ ਹਵਾਲੇ ਕਰ। ਪਰਿਵਾਰ ਨੇ ਐਲੀਗੇਸ਼ਨ ਲਾਇਆ ਵੀ ਯਾਨੀ ਕਿ ਇਹਦਾ ਕਤਲ ਕੀਤਾ, ਯਾਨੀ ਕਿ ਗੱਲ ਦੇ ਵਿੱਚ ਸੁੱਟ ਰੱਖੇ? ਨਹੀਂ, ਕੋਈ ਇਹੋ ਜਿਹੀ ਉਹ ਨਹੀਂ ਸੀ। ਉਹ ਆਫਟਰ ਹੁਣ ਡਾਕਟਰਾਂ ਦਾ ਬੋਰਡ ਬਿਠਾਇਆ, ਬੋਰਡ ਦੇ ਜੋ ਮੈਡੀਕਲ ਰਿਪੋਰਟ ਆਏਗੀ ਉਹਦੇ ਮੁਤਾਬਕ ਜੇ ਕੋਈ ਹੈ ਵਾਧਾ ਕੀਤਾ ਜਾਵੇਗਾ। ਸਰ, ਜਿਵੇਂ ਪਰਿਵਾਰ ਦਾ ਦੋਸ਼ ਕੀ ਆ? ਪਹਿਲਾਂ ਵੀ ਦੱਸਿਆ ਕਿ ਕਿਉਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ? ਨਹੀਂ, ਇਹ ਇੱਦਾਂ ਦਾ ਸਾਨੂੰ ਕੋਈ ਨਹੀਂ ਦੱਸਿਆ। ਉਹ ਤਾਂ ਇਹਨਾਂ ਨੇ ਕਿਤੇ ਫੋਨ ਕੀਤਾ ਹੋਣਾ ਅਤੇ ਵੀ ਆਪਸੇ ਕੋਈ ਅਣਬਣ ਹੋਈ ਉਹਦੇ ਸੰਬੰਧ 'ਚ ਫੋਨ ਸਹੁਰੇ ਪਰਿਵਾਰ 'ਚ ਕੀਤਾ ਹੋਣਾ, ਉਸ ਤੋਂ ਹੀ ਇਹਨਾਂ ਨੇ ਸਾਨੂੰ ਦੱਸਿਆ। ਪਹਿਲਾਂ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ, ਕਦੇ ਕੋਈ ਪੁਰਾਣੀ ਕੋਈ ਐਲੀਗੇਸ਼ਨ ਕਿਸੇ 306 ਅਰੈਸਟ ਪਾਲੀ ਜੀ ਬੰਦਾ ਅਰੈਸਟ ਕਰ ਲਿਆ। ਸਵੇਰਾ ਟਾਈਮਸ ਲਈ ਬਰਨਾਲਾ ਤੋਂ ਹਿਮਾਂਸ਼ੂ ਦੁਆ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।